ਸਤਿ ਸ੍ਰੀ ਅਕਾਲ ਟੀਵੀ ਪੰਜਾਬ ਦੇਖ ਰਹੇ ਦਰਸ਼ਕਾ ਦਾ ਸਵਾਗਤ ਮੈਂ ਹਾ ਦੀਪਿਕਾ ਖੋਸਲਾ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ ਸਿੱਧੂ ਮੂਸੇਵਾਲਾ ਕਤਲ ਕੇਸ ਨਾਲ ਜੁੜੀ ਇਸ ਵੇਲੇ ਦੀ ਅਹਿਮ ਖਬਰ ਤੁਹਾਨੂੰ ਦੱਸ ਦਈਏ ਕਿ ਲਾਰੈਂਸ ਬਿਸ਼ਨੋਈ ਦਾ ਪਤੀਜਾ ਗ੍ਰਿਫਤਾਰ ਕਰ ਲਿਆ ਗਿਆ ਹੈ ਜੀ ਹਾਂ ਅਜ਼ਰਬੈਜਾਨ ਤੋਂ ਉਸ ਦੀ ਗ੍ਰਿਫਤਾਰੀ ਹੋਈ ਹੈ ਔਰ ਇਹ ਗ੍ਰਿਫਤਾਰੀ ਜੋ ਹੋਈ ਹੈ ਇਹ ਇੱਕ ਦੁਬਈ ਬੇਸਡ ਦਿੱਲੀ ਕਾਰੋਬਾਰੀ ਤੋਂ ਫਰੋਤੀ ਮੰਗੀ ਗਈ ਸੀ ਪੂਰੇ 50 ਕਰੋੜ ਦੀ ਫਰੋਤੀ ਉਸ ਦੇ ਕੋਲੋਂ ਸਚਿਨ ਬਿਸ਼ਨੋਈ ਦੇ ਵੱਲੋਂ ਮੰਗੀ ਜਾਂਦੀ ਹੈ ਤੇ ਉਸ ਮਾਮਲੇ ਨੂੰ ਲੈ ਕੇ ਦੁਬਈ ਦੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਸਚਿਨ ਬਿਸ਼ਨੋਈ ਨੂੰ ਤੇ ਹੁਣ ਭਾਰਤ ਦੇ ਵਿੱਚੋਂ ਦਿੱਲੀ ਤੋਂ ਤੁਹਾਨੂੰ ਦੱਸ ਦਈਏ ਕਿ ਟੀਮ ਜੋ ਹੈ ਉਹ ਰਵਾਨਾ ਹੋ ਗਈ ਹੈ ਸਚਿਨ ਬਿਸ਼ਨੋਈ ਨੂੰ ਗ੍ਰਿਫਤਾਰ ਕਰਨ ਦੇ ਲਈ ਔਰ 2 ਦਿਨ ਬਾਅਦ ਸਚਿਨ ਬਿਸ਼ਨੋਈ ਨੂੰ ਭਾਰਤ ਲਿਆਂਦਾ ਜਾਵੇਗਾ 2 ਦਿਨ ਬਾਅਦ ਦਿੱਲੀ 에ਰਪੋਰਟ ਤੇ ਲੈਂਡ ਹੋ ਜਾਏਗਾ ਤਾਂ ਇਹ ਜਾਣਕਾਰੀ ਜੋ ਹੈ ਨਿਕਲ ਕੇ ਸਾਹਮਣੇ ਆ ਰਹੀ ਹੈ ਆਪਣੇ ਆਪ ਦੇ ਵਿੱਚ ਇੱਕ ਅਹਿਮ ਗ੍ਰਿਫਤਾਰੀ ਮੰਨੀ ਜਾ ਸਕਦੀ ਹੈ ਕਿਉਂਕਿ ਲਾਰੈਂਸ ਬਿਸ਼ਨੋਈ ਦੇ ਨਾਲ ਜਿਹੜੇ ਜਿਹੜੇ ਲੋਕਾਂ ਦੇ ਨਾਮ ਜੁੜੇ ਆ ਖਾਸ ਤੌਰ ਤੇ ਕਤਲ ਜੋ ਹੁੰਦਾ ਹੈ ਸਿੱਧੂ ਮੂਸੇਵਾਲਾ ਦਾ 29 ਮਈ ਨੂੰ ਕਤਲ ਹੋਇਆ ਸੀ 29 ਮਈ 2022 ਨੂੰ ਕਤਲ ਹੁੰਦਾ ਹੈ ਔਰ ਉਹਦੇ ਵਿੱਚ ਸਚਿਨ ਬਿਸ਼ਨੋਈ ਦਾ ਨਾਮ ਵੀ ਸ਼ਾਮਲ ਹੁੰਦਾ ਹੈ ਸਚਿਨ ਬਿਸ਼ਨੋਈ ਦੇ ਵੱਲੋਂ ਬਕਾਇਦਾ ਪੰਜਾਬ ਪੁਲਿਸ ਨੂੰ ਗੁੰਮਰਾਹ ਕਰਨ ਦੇ ਲਈ ਇਹ ਆਖਿਆ ਜਾਂਦਾ ਹੈ ਕਿ ਇਸ ਕਤਲ ਦੇ ਵਿੱਚ ਉਹ ਸ਼ਾਮਲ ਵੀ ਸੀ ਔਰ ਉਸ ਦੇ ਵੱਲੋਂ ਸਿੱਧੂ ਮੂਸੇਵਾਲਾ ਉੱਤੇ ਗੋਲੀਆਂ ਵੀ ਚਲਾਈਆਂ ਗਈਆਂ ਸੀ ਜਦ ਕਿ ਜੋ ਜਾਂਚ ਦੇ ਵਿੱਚ ਖੁਲਾਸਾ ਹੁੰਦਾ ਹੈ ਕਿ 29 ਤਾਰੀਖ ਨੂੰ ਕਤਲ ਹੁੰਦਾ ਹੈ 21 ਤਾਰੀਖ ਨੂੰ ਹੀ ਸਚਿਨ ਬਿਸ਼ਨੋਈ ਭਾਰਤ ਛੱਡ ਚੁੱਕਾ ਸੀ ਤਾਂ ਯੋਜਨਾ ਦੇ ਵਿੱਚ ਜ਼ਰੂਰ ਸ਼ਾਮਲ ਰਿਹਾ ਕਿਉਂਕਿ 골ਡ ਬਰਾਡ ਜੋ ਕਿ ਕੈਨੇਡਾ ਦੇ ਵਿੱਚ ਹੈ ਉਸ ਦੀ ਵੀ ਸ਼ਮੂਲੀਅਤ ਇਸ ਦੇ ਵਿੱਚ ਮੰਨੀ ਜਾਂਦੀ ਹੈ ਔਰ ਖੁਦ 골ਡੀ ਬਰਾਡ ਨੇ ਵੀ ਇਸ ਨੂੰ ਕਬੂਲ ਕੀਤਾ ਹੈ ਤਾਂ ਉੱਥੇ ਹੀ ਸਚਿਨ ਬਿਸ਼ਨੋਈ ਦੀ ਵੀ ਇਹਦੇ ਵਿੱਚ ਅਹਿਮ ਭੂਮਿਕਾ ਮੰਨੀ ਜਾਂਦੀ ਹੈ ਹਾਲਾਂਕਿ ਜੋ ਫਾਇਰਿੰਗ ਕੀਤੀ ਗਈ ਔਰ ਗੈਂਗਸਟਰਸ ਜੋ ਸੀ ਉਹ ਹਾਇਰ ਕੀਤੇ ਜਾਂਦੇ ਨੇ ਉਹਨਾਂ ਨੂੰ ਪੈਸੇ ਦਿੱਤੇ ਜਾ ਰਹੇ ਨੇ ਉਹਨਾਂ ਨੂੰ ਹਥਿਆਰ ਮੁਹੱਈਆ ਕਰਵਾਏ ਗਏ ਯੋਜਨਾ ਜੋ ਘੜੀ ਗਈ ਉਹ ਜੇਲ੍ਹ ਦੇ ਵਿੱਚ ਬੈਠ ਕੇ ਘੜੀ ਜਾਂਦੀ ਹੈ ਔਰ ਤੁਹਾਨੂੰ ਦੱਸ ਦਈਏ ਕਿ ਇਸ ਪੂਰੇ ਮਾਮਲੇ ਦੇ ਵਿੱਚ ਕਈ ਹੋਰ ਗੈਂਗਸਟਰਾਂ ਦੇ ਅਹਿਮ ਰੋਲ ਜੋ ਰਹੇ ਨੇ ਇੱਕ ਕਤਲਿਆਮ ਜੋ ਕੀਤੀ ਸੀ ਉਹ ਪੂਰੀ ਪਲੈਨਿੰਗ ਦੇ ਨਾਲ ਕਤਲ ਕੀਤਾ ਗਿਆ ਸਿੱਧੂ ਮੂਸੇਵਾਲਾ ਦਾ ਤੇ ਉਸ ਤੋਂ ਬਾਅਦ ਕਈ ਗ੍ਰਿਫਤਾਰੀਆਂ ਵੀ ਹੁੰਦੀਆਂ ਨੇ ਫਿਲਹਾਲ ਜੋ ਵਿਦੇਸ਼ ਦੇ ਵਿੱਚ ਗੈਂਗਸਟਰ ਲੁਕੇ ਹੋਏ ਸਨ ਉਹਨਾਂ ਨੂੰ ਲੈ ਕੇ ਜ਼ਰੂਰ ਸਵਾਲ ਖੜੇ ਹੋ ਰਹੇ ਸਨ ਕਿ ਉਹਨਾਂ ਦੀ ਗ੍ਰਿਫਤਾਰੀ ਕਦੋਂ ਹੋਏਗੀ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਤੇ ਪ੍ਰਸ਼ੰਸਕ ਵੀ ਅਕਸਰ ਇਹਨਾਂ ਗ੍ਰਿਫਤਾਰੀਆਂ ਦੇ ਉੱਤੇ ਸਵਾਲ ਖੜੇ ਕਰਦੇ ਸਨ ਕਿਉਂਕਿ ਕਈ ਵਾਰ ਖਬਰ ਨਿਕਲ ਕੇ ਸਾਹਮਣੇ ਆਉਂਦੀ ਸੀ ਕਿ ਗੋਲਡੀ ਬਰਾੜ ਗ੍ਰਿਫਤਾਰ ਹੋ ਗਿਆ ਉਸ ਤੋਂ ਬਾਅਦ ਗੋਲਡੀ ਬਰਾੜ ਖੁਦ ਇੰਟਰਵਿਊ ਦਿੰਦਾ ਹੈ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਮੈਨੂੰ ਕੋਈ ਗ੍ਰਿਫਤਾਰ ਨਹੀਂ ਹਾਂ 골ਡੀ ਬਰਾਰ ਜੋ ਹੈ ਉਹ ਕੈਨੇਡਾ ਤੋਂ ਹੋਰ ਮੁਲਕਾਂ ਦੇ ਵਿੱਚ ਜ਼ਰੂਰ ਫਰਾਰ ਹੋ ਜਾਂਦਾ ਹੈ ਕੈਨੇਡਾ ਦੇ ਵਿੱਚ ਉਹ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰਦਾ ਹੈ ਤਾਂ ਉਸ ਤੋਂ ਬਾਅਦ ਉਹ ਕੈਨੇਡਾ ਛੱਡ ਦਿੰਦਾ ਹੈ ਕਿਸੇ ਹੋਰ ਮੁਲਕ 'ਚ ਚਲਾ ਜਾਂਦਾ ਹੈ ਉਸ ਤੋਂ ਬਾਅਦ ਜੇਕਰ ਅਸੀਂ ਸਚਿਨ ਦੀ ਗੱਲ ਕਰ ਲਈਏ ਤਾਂ ਸਚਿਨ ਅਜ਼ਰਬੈਜਾਨ ਦੇ ਵਿੱਚ ਇਹ ਖਬਰ ਨਿਕਲ ਕੇ ਸਾਹਮਣੇ ਜ਼ਰੂਰ ਆ ਰਹੀ ਸੀ ਪਰ ਉਸ ਦੀ ਗ੍ਰਿਫਤਾਰੀ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕੋਈ ਖਬਰ ਸਾਹਮਣੇ ਨਹੀਂ ਆ ਰਹੀ ਸੀ ਤੇ ਹੁਣ ਜੇ ਗ੍ਰਿਫਤਾਰੀ ਹੋਈ ਵੀ ਹੈ ਤਾਂ ਫਰੋਤੀ ਮੰਗਣ ਦੇ ਮਾਮਲੇ ਦੇ ਵਿੱਚ ਕਿਉਂਕਿ ਲਾਰੈਂਸ ਬਿਸ਼ਨੋਈ ਦੇ ਨਾਮ ਉੱਤੇ ਲਗਾਤਾਰ ਫਰੋਤੀਆਂ ਜੋ ਹੈ ਉਹ ਮੰਗੀਆਂ ਜਾ ਰਹੀਆਂ ਸੀ ਤਾਂ ਤੁਹਾਨੂੰ ਦੱਸ ਦਈਏ ਕਿ ਸੁਰੱਖਿਆ ਏਜੰਸੀਆਂ ਅਗਲੇ 2 ਦਿਨ ਵਿੱਚ ਅਜ਼ਰਬੈਜਾਨ ਤੋਂ ਸਚਿਨ ਨੂੰ ਲੈ ਕੇ ਦਿੱਲੀ ਆਉਣਗੀਆਂ ਔਰ ਸਚਿਨ ਨੇ ਜਿਸ ਤਰ੍ਹਾਂ ਕਿ ਮੈਂ ਪਹਿਲਾ ਜਾਣਕਾਰੀ ਦਿੱਤੀ ਕਿ ਦੁਬਈ ਬੇਸਡ ਦਿੱਲੀ ਦੇ ਕਾਰੋਬਾਰੀ ਤੋਂ 50 ਕਰੋੜ ਰੁਪਏ ਦੀ ਫਰੋਤੀ ਮੰਗੀ ਸੀ ਕਾਰੋਬਾਰੀ ਦਾ ਨਾਮ ਗੈਲਨ ਦੱਸਿਆ ਜਾ ਰਿਹਾ ਹੈ T10 ਟੀਮ ਦੇ ਮਾਲਕ ਤੋਂ 50 ਕਰੋੜ ਰੁਪਏ ਦੀ ਫਿਰੋਤੀ ਮੰਗਣ ਦੀ ਕਾਲ ਰਿਕਾਰਡਿੰਗ ਵੀ ਕਾਫੀ ਚਰਚਾ ਦੇ ਵਿੱਚ ਰਹੀ ਸੀ ਇਸ ਮਾਮਲੇ ਵਿੱਚ ਸਚਿਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਚਿਨ ਨੇ ਦਿੱਲੀ ਆਉਣ ਤੋਂ ਬਾਅਦ ਕਈ ਸਚਿਨ ਜਦੋਂ ਦਿੱਲੀ ਆਵੇਗਾ ਤਾਂ ਉਸ ਤੋਂ ਬਾਅਦ ਕਈ ਵੱਡੇ ਕੇਸ ਜੋ ਨੇ ਉਹ ਹੱਲ ਹੋ ਸਕਦੇ ਨੇ ਉਸ ਤੋਂ ਪੁੱਛਗਛ ਹੋਵੇਗੀ ਤਾਂ ਉਹਦੇ ਵਿੱਚ ਕਈ ਹੋਰ ਕੇਸ ਵੀ ਸੁਲਝ ਸਕਦੇ ਨੇ ਪਿਛਲੇ ਦਿਨੀ ਦਿੱਲੀ ਸਮੇਤ ਹੋਰ ਸੂਬਿਆਂ ਵਿੱਚ ਵੀ ਕਾਰੋਬਾਰੀਆਂ ਤੋਂ ਲਾਰੈਂਸ ਦੇ ਨਾਮ ਉੱਤੇ ਰੰਗਦਾਰੀ ਜੋ ਹੈ ਫਿਰੋਤੀ ਦੀ ਜੋ ਹੈ ਉਹ ਮੰਗੀ ਗਈ ਹੈ ਤੇ ਇਸ ਵਿੱਚ ਸਚਿਨ ਦੀ ਅਹਿਮ ਭੂਮਿਕਾ ਨਜ਼ਰ ਆ ਰਹੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਫਿਲਹਾਲ ਜੋ ਮਾਮਲਾ ਹੈ ਹੁਣ ਸੁਲਝਦਾ ਹੋਇਆ ਨਜ਼ਰ ਆ ਰਿਹਾ ਹੈ ਇੱਕ ਹੋਰ ਗ੍ਰਿਫਤਾਰੀ ਹੋ ਚੁੱਕੀ ਹੈ ਔਰ ਇਹ ਗ੍ਰਿਫਤਾਰੀ ਬੇਸ਼ੱਕ ਸਿੱਧੂ ਮੂਸੇਵਾਲਾ ਕਤਲ ਕੇਸ ਮਾਮਲੇ 'ਚ ਨਹੀਂ ਹੋਈ ਹੈ ਇਹ ਗ੍ਰਿਫਤਾਰੀ ਹੁੰਦੀ ਹੈ ਫਿਰੋਤੀ ਮੰਗਣ ਦੇ ਮਾਮਲੇ ਵਿੱਚ ਪਰ ਹੁਣ ਇਸ ਮਾਮਲੇ ਦੇ ਨਾਲ-ਨਾਲ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਵਿੱਚ ਵੀ ਇੱਕ ਕਦਮ ਅੱਗੇ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਫਰਜ਼ੀ ਪਾਸਪੋਰਟ ਜੋ ਹੈ ਉਹਦਾ ਜਦੋਂ ਖੁਲਾਸਾ ਹੁੰਦਾ ਹੈ ਦਿੱਲੀ ਦੇ ਸੰਗਮ ਵਿਹਾਰ ਇਲਾਕੇ ਵਿੱਚ ਇੱਕ ਪਤੇ ਉੱਤੇ ਸਚਿਨ ਨੇ ਜੋ ਹੈ ਉਹ ਫਰਜ਼ੀ ਪਾਸਪੋਰਟ ਬਣਵਾਇਆ ਸੀ ਤੇ ਇਸੇ ਪਾਸਪੋਰਟ ਵਿੱਚ ਸਚਿੰਦਾ ਨਕਲੀ ਨਾਮ ਜੋ ਹੈ ਉਹ ਤਿਲਕ ਰਾਜ ਟੁਟੇਜਾ ਲਿਖਿਆ ਗਿਆ ਸੀ ਏਜੰਸੀਆਂ ਨੂੰ ਇਹਦੀ ਜਾਣਕਾਰੀ ਉਦੋਂ ਹੁੰਦੀ ਹੈ ਜਦੋਂ ਪੁਲਿਸ ਨੇ ਗੈਂਗਸਟਰ ਦੇ ਫਰਜ਼ੀ ਪਾਸਪੋਰਟ ਬਣਾਉਣ ਵਾਲੇ ਗਿਰੋਹ ਨੂੰ ਪਰਦਾਫਾਸ਼ ਕੀਤਾ ਤੇ ਉਸ ਸਮੇਂ ਪੁਲਿਸ ਨੇ ਇੱਕ ਔਰਤ ਸਮੇਤ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ ਤੇ ਉਸ ਗ੍ਰਿਫਤਾਰੀ ਤੋਂ ਬਾਅਦ ਜੋ ਪੁੱਛਗਿੱਛ ਹੁੰਦੀ ਹੈ ਉਸ ਪੁੱਛਗਿੱਛ ਦੇ ਵਿੱਚ ਅਹਿਮ ਖੁਲਾਸੇ ਹੁੰਦੇ ਨੇ ਕਿ ਨਾਮ ਬਦਲਿਆ ਗਿਆ ਨਾਮ ਬਦਲ ਕੇ ਤਿਲਕਰਾਜ ਟਿਟੇਚਾ ਰੱਖਿਆ ਗਿਆ ਦਿੱਲੀ ਦਾ ਇੱਕ ਪਤਾ ਉਹਦੇ ਵਿੱਚ ਦਰਜ ਕੀਤਾ ਜਾਂਦਾ ਹੈ ਤੇ ਸਚਿਨ ਫਿਰੋਜ਼ ਪਾਸਪੋਰਟ ਦੇ ਜ਼ਰੀਏ ਭਾਰਤ ਛੱਡਣ ਦੇ ਵਿੱਚ ਕਾਮਯਾਬ ਹੁੰਦਾ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਦਿੱਲੀ ਪੁਲਿਸ ਜੋ ਹੈ ਉਹਨਾਂ ਨੇ ਇਹ ਵੀ ਬਿਆਨ ਦਿੱਤਾ ਕਿ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਸਟਰਮਾਈਂਡ ਸਚਿਨ ਨੇ ਕਨੇਡਾ ਵਿੱਚ ਗੈਂਗ ਚਲਾ ਰਹੇ ਸਤਿੰਦਰਜੀਤ ਸਿੰਘ ਉਰਫ 골ਡੀ ਬਰਾੜ ਤੇ ਤਿਹਾਰ ਜੇਲ੍ਹ ਵਿੱਚ ਬੰਦ ਕਾਲਾ ਜਠੇੜੀ ਤੇ ਲਾਰੈਂਸ ਬਿਸ਼ਨੋਈ ਤੋਂ ਕੋਡਵਰਡ ਨਾਲੇ ਗੱਲ ਕਰਦਾ ਸੀ ਮੂਸੇਵਾਲਾ ਦੀ ਕਤਲ ਦੀ ਸਾਜ਼ਿਸ਼ ਵੀ ਇਸੇ ਕੋਡਵਰਡ ਦੇ ਰਾਹੀਂ ਗੱਲਾਂ ਕਰਕੇ ਹੀ ਇਹਨਾਂ ਨੇ ਕੀਤੀ ਹੈ ਔਰ ਤੁਹਾਨੂੰ ਦੱਸ ਦਈਏ ਕਿ ਖੁਫੀਆ ਏਜੰਸੀਆਂ ਨੂੰ ਸ਼ੱਕ ਨਾ ਹੋਵੇ ਇਸ ਕਰਕੇ ਸਚਿਨ ਗੈਂਗਸਟਰ 골ਡੀ ਬਰਾੜ ਨੂੰ ਡਾਕਟਰ ਕਹਿ ਕੇ ਬੁਲਾਉਂਦਾ ਸੀ ਤੇ ਕਾਲਾ ਜਠੇੜੀ ਨੂੰ ਅਲਫਾ ਕਹਿੰਦਾ ਸੀ ਤੇ ਆਪਣੇ ਗੁਰਗਿਆ ਦੇ ਜ਼ਰੀਏ ਉਸ ਨੇ ਉਹ ਲਾਰੈਂਸ ਦੇ ਨਾਲ ਗੱਲਬਾਤ ਕਰਦਾ ਰਹਿੰਦਾ ਸੀ ਤਾਂ ਫਿਲਹਾਲ ਇਹ ਨੈਕਸਸ ਜੋ ਹੈ ਜੇਲ ਦੇ ਵਿੱਚੋਂ ਕਿਸ ਤਰ੍ਹਾਂ ਚੱਲਦਾ ਹੈ ਇਹ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਅਜਾਦਾ ਖੁੱਲ ਕੇ ਚੀਜ਼ਾਂ ਸਾਹਮਣੇ ਆਈਆਂ ਨੇ ਕਿ ਕਿਸ ਤਰ੍ਹਾਂ ਜੇਲ੍ਹ ਦੇ ਵਿੱਚ ਉਹ ਫਿਰੋਤੀਆਂ ਮੰਗਣ ਦਾ ਸਿਲਸਿਲਾ ਜਾਰੀ ਰਹਿੰਦਾ ਹੈ ਜੇਲ੍ਹ ਦੇ ਵਿੱਚ ਉਹ ਹੀ ਕਿਸੇ ਦਾ ਕਤਲ ਕਰਨਾ ਹੈ ਤਾਂ ਉਸ ਦੀ ਪੂਰੀ ਦੀ ਪੂਰੀ ਪਲੈਨਿੰਗ ਬਣ ਜਾਂਦੀ ਹੈ ਕਿਸ ਤਰ੍ਹਾਂ ਜੇਲ੍ਹਾਂ ਦੇ ਵਿੱਚ ਫੋਨ ਮੁਹੱਈਆ ਕਰਵਾਏ ਜਾਂਦੇ ਨੇ ਇੰਟਰਨੈਟ ਦੀ ਸਹੂਲਤ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਮਿਲ ਜਾਂਦੀ ਹੈ ਔਰ ਹਾਲਾਂਕਿ ਜੇਲ੍ਹ ਪ੍ਰਬੰਧਕਾਂ ਦੀ ਗੱਲ ਕਰ ਲਈਏ ਪ੍ਰਸ਼ਾਸਨ ਦੀ ਗੱਲ ਕਰ ਲਈਏ ਤਾਂ ਸਰਾਸਰ ਨਕਾਰ ਦਿੱਤੇ ਜਾਂਦੇ ਨੇ ਇਹ ਇਲਜ਼ਾਮ ਔਰ ਜੇਲ੍ਹਾਂ ਨੂੰ ਸੁਰੱਖਿਅਤ ਦੱਸਿਆ ਜਾਂਦਾ ਹੈ ਕਿ ਉੱਥੇ ਇਹ ਸਭ ਕੁਝ ਇੰਨੀ ਆਸਾਨੀ ਨਾਲ ਮੁਹੱਈਆ ਹੋਣਾ ਪੋਸੀਬਲ ਨਹੀਂ ਹੈ ਪਰ ਦੂਸਰੇ ਪਾਸੇ ਜੋ ਕੁਝ ਹੋਵਾ ਪਰ ਜਾਂਦਾ ਹੈ ਔਰ ਉਹਨਾਂ ਦੇ ਕਨੈਕਸ਼ਨ ਜਦੋਂ ਜੇਲਾ ਦੇ ਵਿੱਚੋਂ ਨਿਕਲ ਕੇ ਆਉਂਦੇ ਨੇ ਤਾਂ ਫਿਰ ਹੈਰਾਨਗੀ ਵੀ ਹੁੰਦੀ ਹੈ ਔਰ ਆਪਣੇ ਆਪ ਹੀ ਕਾਰਜ ਜੋ ਹੈ ਜੋ ਕਹਿ ਸਕਦੇ ਆ ਕਿ ਇਹਨਾਂ ਦੇ ਕੰਮ ਜੋ ਨੇ ਉਹ ਸਵਾਲਾਂ ਦੇ ਘੇਰੇ ਦੇ ਵਿੱਚ ਆਣ ਕੇ ਖੜੇ ਹੋ ਜਾਂਦੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਫਿਲਹਾਲ ਸਚਿੰਦ ਦੀ ਗ੍ਰਿਫਤਾਰੀ ਦੀ ਖਬਰ ਸਾਹਮਣੇ ਆ ਚੁੱਕੀ ਹੈ ਔਰ ਦਿੱਲੀ ਤੋਂ ਇੱਕ ਟੀਮ ਵੀ ਰਵਾਨਾ ਹੋ ਚੁੱਕੀ ਹੈ ਅਜ਼ਰਬੈਜਾਨ ਦੇ ਲਈ ਔਰ ਦੋ ਦਿਨਾਂ ਦੇ ਵਿੱਚ ਸਚਿੰਦ ਨੂੰ ਭਾਰਤ ਲਿਆਂਦਾ ਜਾਵੇਗਾ ਅੱਗੇ ਜੋ ਵੀ ਅਪਡੇਟਸ ਹੋਣਗੇ ਅਸੀਂ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ ਤੁਸੀਂ ਦੇਸ਼ ਵਿਦੇਸ਼ ਦੀ ਤਾਜ਼ਾ ਜਾਣਕਾਰੀ ਲਈ ਦੇਖਦੇ ਰਹੋ ਟੀਵੀ ਪੰਜਾਬ